ਸਸਿਕਲ ਜੀ ਪ੍ਰਾਈਮ ਅਸ਼ਿਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਪ ਰੂ ਹੋ ਗਿਆ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਪੰਸਰ ਸਵਾਗਤ ਹੈ ਸਸਿਕਲ ਜੀ ਜੀ ਸ਼ੁਕਰੀਆ ਨਵਜੀਤ ਜੀ ਸਸਿਕਲ ਪੰਸਰ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਦੋਸ਼ ਲਗਾਇਆ ਕਿ ਆਪਰੇਸ਼ਨ ਲੋਟਸ ਚੱਲਦਾ ਪਿਆ ਹੈ 25-25 ਕਰੋੜ ਵਿੱਚ ਵਿਧਾਇਕ ਵੈਸੇ ਨਵਜੀਤ ਜੀ ਇਸ ਤਰ੍ਹਾਂ ਕਰੀਏ ਤੁਹਾਡੇ ਆਪਰੇਸ਼ਨ ਲੋਟਸ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਜੀ ਕੁਝ ਗੱਲ ਥੋੜੀ ਜੀ ਕਰਨੀ ਚਾਹਨਾ ਜੀਪਨ ਸਾਹਿਬ ਉਹ ਗੱਲ ਹੈ ਜਵਾਨ ਬੱਚਿਆਂ ਦੇ ਮਾਪਿਆਂ ਬਾਰੇ ਤੁਹਾਨੂੰ ਪਤਾ ਕੱਲ ਅੰਮ੍ਰਿਤਸਰ ਦੇ ਵਿੱਚ ਦੋ ਬੱਚਿਆਂ ਨੇ ਆਪਣੇ ਸਕੂਲ ਨੂੰ ਧਮਕੀ ਦਿੱਤੀ ਕਿ ਇੱਥੇ ਬੰਬ ਚੱਲ ਜਾਣਾ ਜੀ ਬੱਚਿਆਂ ਦੋਵਾਂ ਦੇ ਬਾਪ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਧਮਕੀ ਬੱਚਿਆਂ ਦਿੱਤੀ ਕਿਉਂਕਿ ਜਿਹੜੇ ਫੋਨ ਤੋਂ ਧਮਕੀ ਆਈ ਫੋਨ ਤੋਂ ਜਿਹੜੇ ਤੋਂ ਉਹ ਮੇਲ ਤਿਆਰ ਕੀਤੀ ਗਈ ਉਹ ਫੋਨ ਨਾਲ ਦੇ ਬਾਪ ਤੇ ਨਾਸ ਇੱਕ ਮਹੀਨੇ ਦੇ ਅੰਦਰ ਅੰਦਰ ਚੌਥੀ ਘਟਨਾ ਹੋ ਗਈ ਆ ਜਿੱਥੇ ਕਸੂਰ ਬੱਚਿਆਂ ਦਾ ਤੇ ਮਾਪੇ ਫਸੇ ਫਿਰਦੇ ਆ ਅਜੇ ਪਿਛਲੇ ਮਹੀਨੇ ਲੁਧਿਆਣੇ ਚ ਇੱਕ ਥਾਂ ਤੇ ਪੁਲਿਸ ਦਾ ਨਾਕਾ ਸੀ ਮੁੰਡਾ ਪੁਲਿਸ ਨੂੰ ਵੇਖ ਕੇ ਗੱਡੀ ਮੋੜ ਕੇ ਭਜਾਉਣ ਲੱਗਾ ਤੇ ਪੁਲਿਸ ਵਾਲਿਆਂ ਘੇਰ ਲਿਆ ਜੀ ਚਲਾਨਾ ਤਾਂ ਮੁੰਡੇ ਦਾ ਵੀ ਹੋਣਾ ਸੀ ਪਰ ਗੱਡੀ ਕਿਉਂਕਿ ਮਾਂ-ਬਾਪ ਦੇ ਨਾਂ ਸੀ ਬਾਪ ਦੇ ਨਾਂ ਮੁੰਡੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਜਿਹੜਾ ਚਲਾਨ ਸੀ ਉਹ ਬਾਪ ਦਾ ਹੋਇਆ ਕੇਸ ਦਰਜ ਹੋਇਆ ਹਰਿਆਣੇ ਚ ਅੱਜ 6 ਤਰੀਕ ਨੂੰ ਤਿੰਨ ਮੁੰਡੇ ਤੇ ਇੱਕ ਕੁੜੀ ਜਾਂਦੇ ਰੋਡਵੇ ਦੀ ਬੱਸ ਨੇ ਰਾਹ ਨਾ ਦਿੱਤਾ ਉਹ ਦੋੱਖੇ ਸੁੱਖੇ ਲੰਘੇ ਮੁੜ ਕੇ ਵਾਪਸ ਆ ਕੇ ਉਹਨਾਂ ਰੋਡਵੇ ਜਣਾ ਤੇ ਕਾਰ ਚਾੜੀ ਇੱਕ ਨੂੰ ਮਾਰਦਾ ਇੱਕ ਨੂੰ ਜ਼ਖਮੀ ਕਰਦਾ ਫਿਰ ਉਹ ਫਰਾਰ ਹੋ ਗਏ ਹੌਲੀ ਹੌਲੀ ਪਛਾਣ ਹੋ ਜਾਂਦੀ ਹੈ ਅੱਜ ਕੱਲ ਪਛਾਣ ਹੋ ਜਾਂਦੀ ਹੈ ਕੋਈ ਗੱਲ ਲੁਕੀ ਨਹੀਂ ਰਹਿੰਦੀ ਜੀ ਜੇ ਗੱਡੀ ਸੀਸੀਟੀਵੀ ਕੈਮਰੇਆਂ ਚ ਨਾਮ ਹੀ ਆਵੇ ਨਾ ਤੇ ਪੁਲਿਸ ਫੋਲਣ ਤੇ ਆਵੇ ਤੇ ਉਸ ਇਲਾਕੇ ਚ ਜਿੰਨੇ ਫੋਨ ਉਸ ਵਕਤ ਚੱਲਦੇ ਸੀ ਉਹਨਾਂ ਸਾਰੇ ਟੈਲੀਫੋਨਾਂ ਦੀ ਲੋਕੇਸ਼ਨ ਲੱਭਣੀ ਸ਼ੁਰੂ ਕਰਦੀ ਐ ਤੇ ਫਿਰ ਵੇਖਤੀ ਇੱਕ ਇੱਕ ਪੁੱਛੋਂ ਕਿੱਥੋਂ ਆਇਆ ਤੇ ਅੱਗੋਂ ਕਿੱਧਰ ਨੂੰ ਗਿਆ ਤੇ ਕਿਹੜੇ ਟਾਈਮ ਤੇ ਜਿਨ੍ਹਾਂ ਨੂੰ ਨਹੀਂ ਪਤਾ Google ਦੇ ਉੱਤੇ ਆਪਣੀ ਲੋਕੇਸ਼ਨ ਸਰਚ ਕਰਕੇ ਵੇਖਣ ਉਹ ਇੱਕ ਇੱਕ ਮਿੰਟ ਦੱਸਦੇ ਆ ਕਿ ਫਲਾਨੀ ਦੁਕਾਨ ਦੇ ਅੰਦਰ ਤੁਸੀਂ ਬੜੇ ਕਦੋਂ ਤੇ ਨਿਕਲੇ ਕਦੋਂ ਪਾਰਕਿੰਗ ਵਿੱਚ ਗਾਗ ਜਾ ਕੇ ਗੱਡੀ ਲਈ ਕਦੋਂ ਵਾਪਸ ਕਦੋਂ ਕੀਤੀ ਤੇ ਕਿੱਧਰ ਨੂੰ ਗਿਆ ਹੁਣ ਪੁਲਿਸ ਨਾ ਟਰੇਸ ਕਰਨਾ ਚਾਹਵੇ ਤੇ ਵੱਖਰੀ ਗੱਲ ਐ ਨਹੀਂ ਤੇ ਸਭ ਕੁਝ ਟਰੇਸ ਹੋ ਜਾਂਦਾ ਜੀ ਉਹ ਮੁੰਡੇ ਭੱਜ ਗਏ ਉਹਨਾਂ ਨਾਲ ਦੀ ਕੁੜੀ ਤਾਂ ਅਗਲੇ ਦਿਨ ਫੜੀ ਗਈ ਤੇ ਮੁੰਡਿਆਂ ਚੋਂ ਇੱਕ ਦੀ ਮਾਂ ਫੜੀ ਗਈ ਕਿਉਂਕਿ ਮਾਂ ਦੇ ਨਾਂ ਤੇ ਗੱਡੀ ਸੀ ਇਸ ਤਰ੍ਹਾਂ ਦੀ ਇੱਕ ਘਟਨਾ ਮੱਧ ਪ੍ਰਦੇਸ਼ ਚ ਹੋ ਗਈ ਆ ਉੱਥੇ ਮੁੰਡੇ ਨੇ ਇਹੋ ਜੀ ਵਾਰਦਾਤ ਕੀਤੀ ਤੇ ਬਾਪ ਫਸਿਆ Odisha ਦਾ ਇੱਕ ਵਾਰੀ ਇੱਕ DGP ਉਹਦੇ ਮੁੰਡੇ ਨੇ ਇਹੋ ਜੀ ਹਰਕਤ ਕੀਤੀ ਸੀ Rajasthan ਚ ਜਾ ਕੇ ਉਹ ਘਰ ਆਏ ਮੁੰਡੇ ਨੂੰ ਲਕਾਉਣ ਦੇ ਚੱਕਰ ਵਿੱਚ ਦੋਤਨ ਥਾਮਾ ਤੇ ਗਿਆ ਪਤਾ ਲੱਗ ਗਿਆ ਕਿ ਮੁੰਡੇ ਨੂੰ ਉਹਨੇ ਲਕਾਇਆ Rajasthan ਦੀ ਪੁਲਿਸ ਨੇ ਆ ਕੇ ਘੇਰ ਲਿਆ ਫਿਰ ਦੱਸਣਾ ਪਿਆ ਮੁੰਡਾ ਕਿੱਥੇ ਤੇ ਮੁੰਡੇ ਦੇ ਨਾਲ ਪੁਲਿਸ ਦਾ ਡੀਜੀਪੀ ਵੀ ਜੇਲ੍ਹ ਚ ਗਿਆ ਸੀ 10-12 ਸਾਲ ਪਹਿਲਾਂ ਦੀ ਗੱਲ ਆ ਕਪੂਰਥਲੇ ਦੇ ਮੇਨ ਚੌਕ ਵਿੱਚ ਨਾਕਾ ਲੱਗਾ ਸੀ ਡਿਸਟ੍ਰਿਕਟ ਟਰਾਂਸਪੋਰਟ ਅਫਸਰ ਨੇ ਲਾਇਆ ਸੀ ਉਦੋਂ ਡੀਟੀਓ ਹੁੰਦੇ ਸੀ ਅੱਜ ਕੱਲ ਆਰਟੀਏ ਬਣ ਗਏ ਇੱਕ ਮੁੰਡਾ ਆਇਆ ਨਾਕੇ ਤੇ ਵੇਖ ਕੇ ਭੱਜਣ ਲੱਗਾ ਪੁਲਿਸ ਵਾਲਿਆਂ ਘੇਰ ਕੇ ਲਿਆਂਦਾ डीटीओ साहब ਕੋਲ ਲੱਗੇ ਕਾਗਜ਼ ਪੇਸ਼ ਕੀਤੇ ਡੀਟੀਓ ਨੇ ਮੁੰਡੇ ਵੱਲ ਵੇਖਿਆ ਫਿਰ ਉਹਨੂੰ ਆਖਿਆ ਕਾਕਾ ਤੂੰ ਜਾ ਉਹ ਕਾਕਾ ਤੁਰ ਲੱਗਾ ਕਹਿੰਦਾ ਸੌਰੀ ਡੈਡ ਕਹਿੰਦਾ ਸੌਰੀ ਡੈਡ ਨੇ ਤੂੰ ਜਾ ਪੰਜਾਬ ਦੇ ਇਤਿਹਾਸ ਚਾ ਕੇ ਕਿਸੇ ਡੀਟੀਓ ਨੇ ਆਪਣਾ ਚਲਾਨ ਆਪੇ ਕਟਿਆ ਕਿਉਂਕਿ ਸਕੂਟਰ ਡੀਟੀਓ ਦੇ ਨਾਂ ਸੀ ਤੇ ਮੁੰਡਾ ਚਲਾਉਂਦਾ ਸੀ ਤੇ ਉਸ ਡੀਟੀਓ ਨੇ ਆਪਣਾ ਚਲਾਨ ਆਪੇ ਕਟਿਆ ਸੀ ਇਦਾਂ ਦੀਆਂ ਘਟਨਾਵਾਂ ਮੁਰਮੁਰ ਵਾਪਰ ਰਹੀਆਂ ਹੁਣ ਜਿਹੜੀ ਕੱਲ੍ਹ ਵਾਲੀ ਘਟਨਾ ਜਿਹਦੇ ਤੋਂ ਮੈਂ ਬਹੁਤ ਡਿਸਟਰਬਡ ਹਾਂ ਮੁੰਡਿਆਂ ਨੇ ਆਪਣੇ ਸਕੂਲ ਨੂੰ ਧਮਕੀ ਦਿੱਤੀ ਮੁੰਡੇ ਪਬਜੀ ਗੇਮ ਤੋਂ ਬਹੁਤ ਪ੍ਰਭਾਵਿਤ ਸਨ ਰਾਤ ਦਿਨ ਪਬਜੀ ਖੇਡਦੇ ਸਨ ਮੁੰਡੇ ਮਾਪੇ ਸਮਝਦੇ ਸੀ ਕਿ ਆਨਲਾਈਨ ਕੰਮ ਕਰਦੇ ਪਏ ਮਾਪੇ ਫੋਨ ਕਿੰਨੀ ਵਾਰੀ ਬੱਚਿਆਂ ਦਾ ਚੈੱਕ ਕਰਨੇ ਇਸ ਸਰਕਾਰ ਦਾ ਕੰਮ ਹੈ ਕਿ ਪਬਜੀ ਵਰਗੀਆਂ ਗੰਦੀਆਂ ਖੇਡਾਂ ਜੜੀਆਂ ਇਹਨਾਂ ਦੇ ਉੱਤੇ ਪਾਬੰਦੀਆਂ ਲਵਾਵੇ ਪਹਿਲਾਂ ਇੱਕ ਗੇਮ ਰੂਸ ਤੋਂ ਚੱਲਦੀ ਸੀ ਉਸ ਗੇਮ ਦੇ ਚੱਕਰ ਵਿੱਚ ਬਹੁਤ ਸਾਰੇ ਬੱਚਿਆਂ ਨੇ ਅੱਧੀ ਰਾਤ ਨੂੰ ਖੁਦਕਸ਼ੀਆਂ ਕੀਤੀਆਂ ਜੀ ਉਹ ਲਗਾਤਾਰ ਪ੍ਰੇਰਿਤ ਜਾਂਦੀ ਸੀ ਜੋ ਰਾਤ ਪੈਂਦੀ ਸੀ ਉਦੋਂ ਬੱਚਿਆਂ ਨੂੰ ਨੁਕਸਾਂਉਂਦੀ ਤੇ ਖੁਦਕਸ਼ੀਆਂ ਕਰਵਾਉਂਦੀ ਸੀ ਹੁਣ ਇਸ ਗੇਮ ਨੇ ਬੜੇ ਝੁਗਾ ਚੌੜ ਕੀਤੇ ਪਾ ਮਾਪੇ ਨੂੰ ਵੀ ਅਸੀਂ ਅੱਖਾਂ ਗਿੱੱਕ ਕੇ ਬੱਚੇ ਨੂੰ ਫੋਨ ਵਗੈਰਾ ਲੈ ਕੇ ਦੇਣ ਗੱਡੀ ਲੈ ਕੇ ਦਿਨ ਲੱਗਿਆ ਜਰਾ ਸੋਚੋ ਇੱਕ ਮੈਂ ਵੀ ਦੱਸਾਂ ਕਿ ਜਿੰਨੇ ਮਹਿੰਗੇ ਸਕੂਲ ਆ ਗਏ ਇਹਨਾਂ ਨੇ ਬੱਚਿਆਂ ਨੂੰ ਵਿਗਾੜਨ 'ਚ ਬਹੁਤ ਵੱਡਾ ਹਿੱਸਾ ਪਾਇਆ ਇਹਨਾਂ 'ਚ ਆਉਣ ਲੱਗਿਆ ਹਰ ਬੱਚਾ ਆਪਣੀ ਸ਼ਾਨ ਸਮਝਦਾ ਕਿ ਮੈਂ ਗੱਡੀ ਲੈ ਕੇ ਜਾਵਾਂ ਤੇ ਗੱਡੀਆਂ ਬੱਚਿਆਂ ਦੇ ਨਾਂ ਨਹੀਂ ਜੀ ਕਿਉਂਕਿ ਬੱਚੇ ਅਜੇ ਨਵਾਲਗ ਨੇ ਇੱਥੇ 12-14 ਸਾਲ ਦੇ ਬੱਚੇ ਵੀ ਗੱਡੀਆਂ ਤਿਆਰ ਇਹ ਸਕੂਲਾਂ 'ਚ ਅਸੀਂ ਇੱਕ ਵਾਰੀ ਗੱਲ ਕੀਤੀ ਸੀ ਡਿਪਟੀ ਕਮਿਸ਼ਨਰ ਨਾਲ ਡਿਪਟੀ ਕਮਿਸ਼ਨਰ ਨੇ ਉਦੋਂ ਜਲੰਧਰ ਐਸਐਸਪੀ ਹੁੰਦਾ ਸੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਸੱਦੀ ਉਹਨਾਂ ਸਾਰਿਆਂ ਆਖਿਆ ਜੀ ਅਸੀਂ ਨਹੀਂ ਹਟਾ ਸਕਦੇ ਜੇ ਅਸੀਂ ਆਪਣੀ ਪਾਰਕਿੰਗ 'ਚ ਇਹਨਾਂ ਦੀ ਗੱਡੀ ਲਾਉਣ ਤੋਂ ਰੋਕਾਂਗੇ ਇਹਨਾਂ ਨੂੰ ਆਖਾਂਗੇ ਤੁਸੀਂ ਗੱਡੀ ਲੈ ਕੇ ਨਾ ਆਓ ਸਾਡਾ ਸਕੂਲ ਛੱਡ ਕੇ ਦੂਜੇ ਸਕੂਲ ਚਲ ਜਣਗੇ ਅਸੀਂ ਨਹੀਂ ਆਖ ਸਕਦੇ ਇਸ ਕਰਕੇ ਸਾਡੇ ਸਕੂਲ 'ਚ ਗਿਣਤੀ ਵਧੀ ਇਹਨਾਂ ਚ ਕੋਈ ਪ੍ਰਿੰਸੀਪਲ ਕੋਆਪਰੇਟ ਕਰਨੋਂ ਤਿਆਰ ਨਹੀਂ ਬੱਚੇ ਮਰਦੇ ਮਰ ਜਣਾ ਉਹਨਾਂ ਦੇ ਘਰ ਦੇ ਰੋਂਦੇ ਰੋਂਦੇ ਪਰ ਇਹ ਆਪਣੇ ਸਕੂਲਾਂ ਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪੜ੍ਹਾਈ ਕਿਉਂ ਨਹੀਂ ਕਰਾਉਂਦੇ ਅਸੂਲਾਂ ਦੀ ਪੜ੍ਹਾਈ ਕਿਉਂ ਨਹੀਂ ਕਰਾਉਂਦੇ ਵਿਦੇਸ਼ਾਂ ਵਿੱਚ ਕਰਾਈ ਜਾਂਦੀ ਹੈ ਜੀ ਇੱਥੇ ਇਸ ਕਰਕੇ ਨਹੀਂ ਕਰਾਉਂਦੇ ਕਿ ਜੇ ਪੜ੍ਹਾਈ ਕਰਾਈ ਤੇ ਬੱਚਿਆਂ ਨੂੰ ਆਖਣਗੇ ਲਾਗੂ ਕਰੋ ਲਾਗੂ ਕੀਤਾ ਤੇ ਬੱਚੇ ਸਕੂਲ ਨਾ ਛੱਡ ਜਾਣ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਪੰਜਾਬ ਸਰਕਾਰ ਨੂੰ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਸਾਰੀਆਂ ਸਮਾਜੀ ਸੰਸਥਾਵਾਂ ਨੂੰ ਸੋਚਣਾ ਚਾਹੀਦਾ ਨੇਤੇ ਅੱਜ ਕਿਸੇ ਨਾ ਪਲਕੇ ਕਿਸੇ ਨਾ ਪਰਸੋਂ ਜਿਹੜੇ ਅਸਵਲੇ ਸੁਣਦੇ ਪਏ ਉਹਨਾਂ ਚੋਂ ਕਿਸੇ ਨਾਲ ਵੀ ਘਟਨਾ ਵਾਪਰ ਸਕਦੀ ਹੈ 83 ਤੋਂ ਪੁੱਛਿਆ ਵੀ ਇਹ ਕਿ ਖਿਆਲ ਨਹੀਂ ਦਿੱਤਾ ਜਾ ਰਿਹਾ ਰਾਜਨੀਤੀ ਦੀ ਗੱਲ ਕਰਦੇ ਆਪਾਂ ਸਭ ਹੁਣ ਪੰਜਾਬ ਦੇ ਵਿੱਚ ਚਰਚਾ ਚੱਲਦੀ ਪਈ ਹੈ ਕਿ ਭਾਜਪਾ ਨੇ ਆਪਰੇਸ਼ਨ ਲਾਟਸ ਰਾਹੀਂ ਆਮ ਆਦਮੀ ਦੇ ਵਧਾਇਕਾਂ ਨੂੰ 25-25 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਹਰਪਾਲ ਸਿੰਘ ਚੀਮਾ ਹੁਣਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਆਪਨੂੰ ਸਭ ਕਿੰਨਾ ਕੁ ਸੱਚ ਹੈ ਕਹਾਣੀ ਕਿਦਾਂ ਜਾਂਦੀ ਲੱਗਦੀ ਹੈ ਇੱਕ ਗੱਲ ਤਾਂ ਮੈਂ ਦੱਸ ਦਿਆਂ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਕੰਮ ਕਈ ਸੂਬਿਆਂ 'ਚ ਕੀਤਾ ਹੋਇਆ। ਉਹਨਾਂ ਨੇ ਅੱਡ-ਅੱਡ ਥਾਵਾਂ ਦੇ ਉੱਤੇ ਬੰਦੇ ਖਰੀਦ ਕੇ ਸਰਕਾਰਾਂ ਉਲਟਾਈਆਂ ਨੇ, ਪਲਟਾਈਆਂ ਨੇ। ਕਰਨਾਟਕਾ ਦੇ ਵਿੱਚ ਕੁਮਾਰਾ ਸੁਆਮੀ ਦੀ ਸਰਕਾਰ ਜਿਹੜੀ ਕਾਂਗਰਸ ਤੇ ਜਨਤਾ ਦਾ ਰਸਤੇ ਸਾਂਝੀ ਸੀ ਏਦਾਂ ਹੀ ਪਲਟਾਈ ਸੀ। ਹੋਰ ਸੂਬਿਆਂ 'ਚ ਵੀ ਪਲਟਾਈਆਂ। ਗੋਆ ਵਿੱਚ ਵੀ ਇਸੇ ਤਰ੍ਹਾਂ ਪਲਟਾਈ ਸੀ। ਅਸਾਮ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਉਹਨੇ ਕੀਤੇ ਸੀ ਉੱਤਰਾਖੰਡ 'ਚ ਕੀਤੇ ਸੀ ਜੀ ਹੁਣ ਉਹ ਪੰਜਾਬ ਵਿੱਚ ਕਰਦੇ ਕਿੰਨੇ ਕਰਦੇ ਤੋਂ ਪਹਿਲਾਂ ਦਿੱਲੀ 'ਚ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਕਰਨੀ ਕੀਤੀ ਪਰ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਸੋਦੀਆ ਦੋਵਾਂ ਨੇ ਦੋਸ਼ ਲਾਇਆ ਸੀ ਕਿ ਸਾਡੇ ਬੰਦਿਆਂ ਨੂੰ 40 ਨੂੰ ਪਹੁੰਚ ਕਰਕੇ 20-20 ਕਰੋੜ ਦੀ ਪੇਸ਼ਕਸ਼ ਕੀਤੀ ਗਈ 800 ਕਰੋੜ ਬੰਦਾ ਬੀਜੇਪੀ ਦੱਸਿਆ ਆ ਕਿੱਥੋਂ ਬੀਜਪੀ ਕਹਿੰਦੇ ਸੀ ਸਬੂਤ ਪੇਸ਼ ਕਰੋ ਜਦੋਂ ਅਸੈਂਬਲੀ 'ਚ ਗੱਲ ਚੱਲੀ ਤੇ ਬੀਜਪੀ ਵਾਲੇ ਦੋ ਤਿੰਨ ਜਣੇ ਜਿਹੜੇ ਸੀ ਉਹਨਾਂ ਹੰਗਾਮਾ ਕੀਤਾ ਮਾਰਸ਼ਲ ਨੇ ਕੱਢ ਤੇ ਬਾਕੀ ਵਾਕ ਆਊਟ ਕਰ ਗਏ ਤੇ ਆਮ ਆਦਮੀ ਪਾਰਟੀ ਕੱਲੀ ਸੀ ਉਹਨਾਂ ਨੇ ਆਪਣਾ ਮਤਾ ਪਾਸ ਕਰ ਲਿਆ ਸੀ ਭਰੋਸੇ ਦਾ ਹੁਣ ਇਹ ਗੱਲ ਪੰਜਾਬ 'ਚ ਚੱਲੀ ਹੈ ਸਾਡਾ ਮੁੱਖ ਮੰਤਰੀ ਐਸ ਵੇਲੇ ਜਰਮਨੀ 'ਚ ਜੀ ਜਿਹੜਾ ਖਜ਼ਾਨਾ ਮੰਤਰੀ ਹੈ ਤੇ ਸਰਕਾਰ 'ਚ ਨੰਬਰ 2 ਗਿਣਿਆ ਜਾਂਦਾ ਹਰਪਾਲ ਸਿੰਘ ਚੀਮਾ ਉਦੇ ਨਾਲ ਕਿਸੇ ਨੂੰ ਹਜ਼ਾਰ ਮਤ ਭੇਜੋ ਨਾ ਇਹ ਸਾਰੇ ਕਹਿੰਦੇ ਆ ਕਿ ਜਿਹੜੇ ਲੋਕ ਫੁਕਰੀਆਂ ਗੱਲਾਂ ਮਾਰਦੇ ਹੁੰਦੇ ਹਰਪਾਲ ਸੋਚੀਮਾ ਉਹਨਾਂ ਚੋਂ ਨਹੀਂ ਹਰਪਾਲ ਸਿੰਘ ਚੀਮਾ ਜਦੋਂ ਬੋਲਦਾ ਸਾਲਿਡ ਗੱਲ ਕਰਦਾ ਜੇ ਉਹਦੇ ਕੋਲ ਕੁਝ ਹੁੰਦਾ ਨਾ ਤੇ ਹਰਪਾਲ ਸਿੰਘ ਚੀਮੇ ਨੇ ਐਡੀ ਗੱਡੀ ਗੱਲ ਕਹਿਣੀ ਨਹੀਂ ਸੀ ਉਹਨੇ ਕੱਲ ਗੱਲ ਕਹੀ ਬਾਕੀ ਬੀਜੇਪੀ ਵਾਲੇ ਜਿਹੜੇ ਇੰਨਾ ਕਰੀ ਗਏ ਤਾਂ ਜੇ ਝੂਠੀਆਂ ਤੁਮ ਤਾਂ ਲਾਉਂਦੇ ਆ ਬੀਜੇਪੀ ਦੇ ਇੱਕ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਸਿੱਧੀ ਚੁਣੌਤੀ ਦਿੱਤੀ ਕਿ ਜੇ ਤੁਹਾਡੇ ਕੋਲ ਇਹੋ ਜੀ ਗੱਲ ਦਾ ਕੋਈ ਸਬੂਤ ਆ ਤੇ ਫਿਰ ਪੁਲਿਸ ਨੂੰ ਜਾ ਕੇ ਦਰਖਾਸਤ ਦਿਓ ਬਾਹਰ ਰੌਲਾ ਕਿਉਂ ਪਾਉਂਦੇ ਜੀ ਉਹਦੀ ਚੁਣੌਤੀ ਦਾ ਅਸਰ ਹੈ ਜਾਂ ਕੀ ਕਾਰਨ ਅੱਜ ਆਮ ਆਦਮੀ ਪਾਰਟੀ ਨੇ ਡੀਜੀਪੀ ਨੂੰ ਦਰਖਾਸਤ ਦਿੱਤੀ ਹੈ ਪੰਜਾਬ ਪੁਲਿਸ ਦੇ ਮੁਖੀ ਨੂੰ ਕਿ ਸਾਡੇ ਜਲੰਧਰ ਦੇ ਐਮਐਲਏ ਨੂੰ ਧਮਕੀਆਂ ਦਿੱਤੀਆਂ ਗਈਆਂ ਸਾਡੇ ਕੁਝ ਵਿਧਾਇਕਾਂ ਤੱਕ ਪਹੁੰਚ ਕਰਕੇ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਨੇ ਇਸ ਮਸਲੇ ਨੂੰ ਲਿਆ ਔਰ ਜਰਮਨੀ ਵਿੱਚ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉੱਥੋਂ ਵੀਡੀਓ ਜਾਰੀ ਕਰਕੇ ਇਸ ਮੁੱਦੇ ਤੇ ਬੋਲਣਾ ਪਿਆ ਉਹਦੇ ਉੱਤੇ ਲੱਗਦਾ ਮਾਮਲਾ ਸੀਰੀਅਸ ਹੈ ਜੇ ਭਾਜਪਾ ਨੇ ਇਹ ਕੀਤਾ ਤੇ ਉਹਨੂੰ ਲੋਕਤੰਤਰੀ ਹੱਦਾ 'ਚ ਰਹਿਣਾ ਚਾਹੀਦਾ ਉਹਨੂੰ ਕਰਨਾ ਨਹੀਂ ਚਾਹੀਦਾ ਜੇ ਉਹਨੇ ਕੀਤਾ ਨਹੀਂ ਉਹਦਾ ਨਾਂ ਲੱਗਦਾ ਤੇ ਨਾ ਇਸ ਕਰਕੇ ਕੀਤਾ ਕਿ ਲੱਗਦਾ ਕਿਉਂਕਿ ਉਹਨੇ ਪਹਿਲਾਂ ਬਹੁਤ ਵਾਰੀ ਉਹ ਜਾ ਕੀਤਾ ਇਸ ਕਰਕੇ ਲੱਗਦਾ ਅੱਗੇ ਤੋਂ ਬੀਜੇਪੀ ਨੂੰ ਰਾਜਨੀਤਿਕ ਸਾਫ਼ ਸੁਥਰੀ ਰੱਖਣੀ ਚਾਹੀਦੀ ਆ ਜਦੋਂ ਇਹ ਪਾਰਟੀ 1980 ਚ ਬਣਾਈ ਗਈ ਤੇ ਆਖਿਆ ਸੀ ਪਾਰਟੀ ਦੇ ਡਿਫਰੈਂਸ ਸਾਡਾ ਚਾਲ ਚਰਿੱਤਰ ਤੇ ਚਿਹਰਾ ਵੱਖਰਾ ਹੋਵੇਗਾ ਵੱਖਰੀ ਨਿਆਰੀ ਪਾਰਟੀ ਹੋਵੇਗੀ ਵੇ ਜੇ ਵੱਖਰੀ ਨਿਆਰੀ ਪਾਰਟੀ ਸੀ ਤੇ ਵੱਖਰੀ ਨਿਆਰੀ ਰਹਿਣਾ ਚਾਹੀਦਾ ਬਾਕੀ ਸਿਆਸਤ ਵਾਲਾ ਗੰਦ ਜਿਹੜਾ ਬੀਜੇਪੀ ਦੇ ਲੀਡਰਾਂ ਨੇ ਕਈਆਂ ਥਾਵਾਂ ਤੇ ਕੋਲਿਆ ਹੁਣ ਜੇ ਉਹ ਦਿੱਲੀ ਤੇ ਪੰਜਾਬ ਵਿੱਚ ਵੀ ਇਹੋ ਜਿਹਾ ਕੋਲਣਗੇ ਤੇ ਬਾਕੀ ਸੂਬੇ ਅੱਜ ਹੁਣ ਗੋਆ ਦੇ 8 ਐਮਐਲਏ ਇਕੱਠੇ ਹੋ ਉਹਨਾਂ ਨੇ ਆਪਣੇ ਵਿੱਚ ਰੜਾ ਲਿਓ ਕਾਂਗਰਸ ਦੇ ਨੇ ਜੀ ਜੀ ਤੇ ਉਹ ਜਿਹੜੇ ਆਏ ਆ ਦੋ ਹੀ ਗੱਲਾਂ ਕਰਕੇ ਆ ਸਕਦੇ ਜਾਂ ਤਾਂ ਬਾਪੂ ਗਾਂਧੀ ਦੀ ਫੋਟੋ ਵਾਲੇ ਕਾਗਜ਼ ਉਹਨਾਂ ਨੂੰ ਮਿਲ ਗਏ ਹੋਣਗੇ ਤੇ ਜਾਂ ਅਗਲੀਆਂ ਚੋਣਾਂ ਵਾਸਤੇ ਉਹਨਾਂ ਨੂੰ ਕੋ ਟਿਕ ਟੁਕ ਦੀ ਝਾਕ ਹੋ ਗਈ ਹੋਵੇਗੀ ਵੈਸੇ ਅਗਲੀਆਂ ਚੋਣਾਂ ਤੇ ਜੇ ਬੜੀ ਦੂਰ ਆ ਬਿਲਕੁਲ ਹੁਣੇ ਉਹਦਾ ਚੋਣਾਂ ਵਾਸਤੇ ਝਾਕ ਉਹਨਾਂ ਨੂੰ ਕੀ ਹੋ ਸਕਦੀ ਆ ਉਹ ਜੇ ਆਏ ਆ ਤੇ ਕਿਸੇ ਨਾ ਕਿਸੇ ਕਮਜ਼ੋਰੀ ਦਾ ਕਰਕੇ ਬਲੈਕਮੇਲ ਕਰਕੇ ਖਿੱਚੇ ਗਏ ਜਾਪਦੇ ਆ ਜੇ ਕੁਝ ਦਤ ਇਹ ਚੰਗਾ ਨਹੀਂ ਪ੍ਰਧਾਨ ਮੰਤਰੀ ਤੇ ਉਹਦੀ ਪਾਰਟੀ ਨੂੰ ਹੱਦਾਂ ਚ ਰਹਿਣਾ ਚਾਹੀਦਾ ਜੀ ਬੰਸਰ ਜੇਕਰ ਅਗਲੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕੌਮੀ ਪੱਧਰ ਤੇ ਲੋਕ 15 20 ਜਾਂ ਫਿਰ 50 ਤੋਂ ਵੱਧ ਜਾਣਦੇ ਹੋਣਗੇ ਪਰ ਹੁਣ 500 ਤੋਂ ਵੱਧ ਉਹ ਪਾਰਟੀਆਂ ਜਿਨ੍ਹਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ ਕੀ ਕਾਰਨ ਹੈ ਇਹਦਾ ਦੇਖੋ ਪਾਰਟੀਆਂ ਹੁੰਦੀਆਂ ਨੇ ਕਈ ਕਿਸਮ ਦੀਆਂ ਇੱਕ ਉਹ ਪਾਰਟੀਆਂ ਹੁੰਦੀਆਂ ਜਿਹੜੀਆਂ ਮਾਨਤਾ ਪ੍ਰਾਪਤ ਪਾਰਟੀਆਂ ਨੇ ਜੀ ਉਨ੍ਹਾਂ ਚੋਂ ਨੈਸ਼ਨਲ ਪਾਰਟੀਆਂ ਹੁੰਦੀਆਂ ਰੀਜਨਲ ਪਾਰਟੀਆਂ ਵੀ ਆ ਨੈਸ਼ਨਲ ਪਾਰਟੀਆਂ ਚ ਅਜੇ ਤੱਕ ਕਾਂਗਰਸ ਪਾਰਟੀ ਵੀ ਹੈਗੀ ਆ ਭਾਰਤੀ ਜਨਤਾ ਪਾਰਟੀ ਵੀ ਹੈਗੀ ਆ ਬੌਧਨ ਸਮਾਜ ਪਾਰਟੀ ਵੀ ਹੈਗੀ ਆ ਸੀਪੀਆਈ ਐਮਐਮ ਵੀ ਹੈਗੀ ਆ ਸੀਪੀਆਈ ਵੀ ਹੈਗੀ ਆ ਕੁਝ ਪਾਰਟੀਆਂ ਹੈਗੀਆਂ ਨੇ ਅੱਗੋਂ ਆਮ ਆਦਮੀ ਪਾਰਟੀ ਵੀ ਹੌਲੀ ਹੌਲੀ ਇਹ ਦਰਜਾ ਅਖਤਿਆਰ ਕਰਦੀ ਜਾਂਦੀ ਹੈ ਸਟੇਟ ਪਾਰਟੀਆਂ ਦੇ ਵਿੱਚ ਸਾਡਾ ਅਕਾਲੀ ਦਲ ਹੈ ਹਰਿਆਣਾ 'ਚ ਇੰਡੀਅਨ ਨੈਸ਼ਨਲ ਲੋਕਤਲਪਾਰਟੀ ਹੈ ਜਨਨੈਕ ਜਨਤਾ ਪਾਰਟੀ ਹੈ ਇਦਾਂ ਦੀਆਂ ਕਈ ਪਾਰਟੀਆਂ ਨੇ ਜੀ ਇਹਨਾਂ ਤੋਂ ਅੱਗੇ ਹੁੰਦੀਆਂ ਨੇ ਰਜਿਸਟਰਡ ਪਾਰਟੀਆਂ ਜਿਨ੍ਹਾਂ ਦੇ ਕੋਲ ਕੋਈ ਪੱਕਾ ਚੋਣ ਨਿਸ਼ਾਨ ਕਦੇ ਮਿਲ ਵੀ ਜਾਂਦਾ ਉਹ ਮਤਲਬ ਉਹਨਾਂ ਨੂੰ ਮਾਨਤਾ ਨਹੀਂ ਹੁੰਦੀ ਮਾਨਤਾ ਤਾਂ ਮੌਦੇ ਵਾਸਤੇ ਇੱਕ ਪਰਸੈਂਟੇਜ ਰੱਖੀ ਜਾਂਦੀ ਹੈ ਕਿ ਐਨੇ ਪਰਸੈਂਟ ਵੋਟਾਂ ਲੈਣਗੀਆਂ ਪਾਰਟੀਆਂ ਇਹਨਾਂ ਨੂੰ ਮਾਨਤਾ ਮਿਲੇਗੀ ਨਹੀਂ ਤੇ ਮਾਨਤਾ ਨਹੀਂ ਮਿਲਣੀ ਉਹ ਰੈਕਗਨਿਸ਼ਨ ਨਹੀਂ ਉਹਨਾਂ ਕੋਲ ਹੁੰਦੀ ਰਜਿਸਟਰਡ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੁਝ ਇਹੋ ਜਿਹੀਆਂ ਪਾਰਟੀਆਂ ਰਜਿਸਟਰ ਹੋ ਜਾਂਦੀਆਂ ਜਿਹੜੀਆਂ ਪਾਰਟੀਆਂ ਕਈ ਵਾਰੀ ਚੋਣਾਂ ਲੜਦੀਆਂ ਹੀ ਨਹੀਂ ਲੜਨ ਤੇ ਐਵੇਂ ਦੋ ਚਾਰ ਬੰਦੇ ਟਕਵੰਜੇ ਜਿਹੇ ਖੜੇ ਕਰ ਦਿੰਦੀਆਂ ਨੇ ਕਈ ਵਾਰ ਉਹ ਵੀ ਨਹੀਂ ਖੜੇ ਕਰਦੀਆਂ ਤੇ ਇਹ ਕਹਿ ਦਿੰਦੀਆਂ ਇੱਕ ਬਿਆਨ ਦੇ ਕੇ ਸਾਡੀ ਨਾਮ ਨਿਆਦ ਪਾਰਟੀ ਜੋ ਮਰਜ਼ੀ ਰੱਖ ਕੇ ਕਹਿੰਦੇ ਸਾਡੀ ਪਾਰਟੀ ਨੇ ਇਸ ਵਾਰੀ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਕਿਉਂਕਿ ਵੱਡੀਆਂ ਪਾਰਟੀਆਂ ਪੈਸੇ ਨਾਲ ਲੜ ਰਹੀਆਂ ਤੇ ਅਸੀਂ ਇਹਨਾਂ ਨੂੰ ਲੋਕਾਂ 'ਚ ਜਾ ਕੇ ਨਸ਼ਰ ਕਰਾਂਗੇ ਯਾਨੀ ਇਹਨਾਂ ਦੀ ਭੰਡੀ ਕਰਾਂਗੇ ਫਿਰ ਉਹ ਕੀ ਕਰਦੇ ਆ ਜਿੱਥੇ ਕਾਂਗਰਸ ਦਾ ਜਲਸਾ ਹੋਵੇ ਉਹਦੀ ਇੱਕ ਨੁੱਕਰ ਦੇ ਉੱਤੇ ਜਾ ਕੇ ਆਪਣਾ ਬੈਨਰ ਲਾ ਕੇ 2 ਮਿੰਟ ਬੋਲਣ ਦੀ ਇੱਕ ਛੋਟੀ ਜੀ ਵੀਡੀਓ ਜੀ ਬਣਾ ਕੇ ਉਹ ਫੋਟੋ ਲਿਆਉਂਦੇ ਆ ਵੀਡੀਓ ਲਿਆਉਂਦੇ ਆ ਫਿਰ ਭਾਰਤੀ ਜਨਤਾ ਪਾਰਟੀ ਦਾ ਜਲਸਾ ਉਹਦੀ ਨੁੱਕਰ ਤੇ ਉੱਤੇ ਜਾ ਕੇ ਆਪਣਾ ਬੈਨਰ ਲਾ ਕੇ ਦੋ ਚਾਰ ਮਿੰਟਾਂ ਦੀ ਵੀਡੀਓ ਉਹਦੀ ਬਣਾਉਂਦੇ ਆ ਅਕਾਲੀਆਂ ਦੇ ਬਣਾਉਂਦੇ ਆ ਕਿਸੇ ਆਮ ਆਦਮੀ ਪਾਰਟੀ ਦੇ ਬਣਾਉਂਦੇ ਆ ਇਹੋ ਜੀਆਂ ਵੀਡੀਓ ਨੂੰ ਇੱਕ ਦੂਸਰੀਆਂ ਚ ਮਿਕਸ ਕਰਕੇ ਫਿਰ 10-12 ਬਣਾ ਕੇ ਚੋਣ ਕਮਿਸ਼ਨ ਨੂੰ ਕਹਿੰਦੇ ਆ ਕਿ ਅਸੀਂ ਇੰਨਾਂ ਥਾਵਾਂ ਤੇ ਚੋਣ ਪ੍ਰਚਾਰ ਆਪਣਾ ਕੀਤਾ ਔਰ ਬਾਕੀ ਪਾਰਟੀਆਂ ਦੇ ਚੋਣ ਪ੍ਰਚਾਰ ਨੂੰ ਰੱਦ ਕੀਤਾ ਤੇ ਸਾਡਾ ਇਹਦੇ ਉੱਤੇ ਇੰਨੇ ਕਰੋੜ ਰੁਪਏ ਖਰਚ ਹੋ ਗਿਆ ਉਹ ਕਿਉਂ ਕਰਨਾ ਪੈਂਦਾ ਇੱਥੇ ਜਿਹੜੇ ਵੱਡੇ ਸੇਠ ਨੇ ਉਹਨਾਂ ਨੇ ਜੇ 10 ਕਰੋੜ ਰੁਪਇਆ ਬਚਾਉਣਾ ਹੋਵੇ ਤੇ ਉਹ ਕੀ ਕਰਦੇ ਆ ਕਿ ਇਹੋ ਜੀਆਂ ਪਾਰਟੀਆਂ ਨੂੰ ਕਹਿੰਦੇ ਆ ਤੁਹਾਨੂੰ ਅਸੀਂ ਕਾਗਜ਼ਾਂ 'ਚ ਕਹਿ ਦਿਆਂਗੇ 5 ਕਰੋੜ ਰੁਪਇਆ ਦਿੱਤਾ ਦੇਵਾਂਗੇ ਤੁਹਾਨੂੰ 5 ਲੱਖ ਰਸੀਦ ਤੁਸੀਂ ਕੱਟ ਦਿਓ 5 ਕਰੋੜ ਦੀ ਤੇ ਮੁੜ ਕੇ ਆਖਿਓ ਕਿ ਸਾਰੇ ਪੰਜਾਬ ਦੇ ਵਿੱਚ ਇੰਨਾ ਵੱਡੀਆਂ ਪਾਰਟੀਆਂ ਦੇ ਖਿਲਾਫ ਅਸੀਂ ਮੁਹਿੰਮ ਚਲਾਈ ਜਿਹਦੇ ਉੱਤੇ ਸਾਡਾ 5 ਕਰੋੜ ਲੱਗ ਗਿਆ ਹਿਸਾਬ ਕਿਤਾਬ ਤੇ ਕੋਈ ਮੰਗ ਨਹੀਂ ਸਕਦਾ ਤੁਸੀਂ ਕੱਚੀਆਂ ਰਸੀਦਾਂ ਬਣਾਉਣੀਆਂ ਆਪੇ ਬਣਾ ਲਿਓ ਉਹ ਬਣ ਜਾਂਦੀਆਂ ਨੇ ਬਹੁਤਾ ਔਖਾ ਕੰਮ ਨਹੀਂ ਉਹ ਪਾਰਟੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਟੈਕਸ ਚੋਰਾਂ ਨੇ ਆਪ ਖੜੀਆਂ ਕੀਤੀਆਂ ਹੁੰਦੀਆਂ ਦਿੱਲੀ ਚ ਜਾ ਕੇ ਪਤਾ ਕੀਤਾ ਗਿਆ ਅੱਜ 86 ਪਾਰਟੀਆਂ ਹੋਰ ਉਹਨਾਂ ਤੇ ਕਾਟਾ ਵੱਜ ਗਿਆ ਹੁਣ ਤੱਕ ਕੁੱਲ 250 ਤੋਂ ਵੱਧ ਪਾਰਟੀਆਂ ਦੇ ਉੱਤੇ ਕਾਟਾ ਵੱਜ ਚੁੱਕਾ ਉਹ ਪਾਰਟੀਆਂ ਕੁਝ ਝੁੱਗੀਆਂ ਛੌਪੜੀਆਂ ਦੇ ਵਿੱਚ ਪਾਰਟੀਆਂ ਦਾ ਹੈੱਡਕੁਆਰਟਰ ਦੱਸਿਆ ਗਿਆ ਤੇ ਜਦੋਂ ਪੜਤਾਲ ਕਰਨ ਵਾਸਤੇ ਉੱਥੇ ਗਿਆ ਤੇ ਉੱਥੇ ਕੋਈ ਰਹਿੰਦਾ ਨਹੀਂ ਉਹ ਝੁੱਗੀ ਖਾਲੀ ਪਈ ਆ ਇਹੋ ਜਿਹੀਆਂ ਕੁਝ ਝੁੱਗੀਆਂ ਜਿਹੜੀਆਂ ਨੇ ਕਬਜ਼ਾ ਕਰਕੇ ਰੱਖੀਆਂ ਜਿਨ੍ਹਾਂ ਦਾ ਐਡਰੈਸ ਦੇ ਕੇ ਤੇ ਪਾਰਟੀਆਂ ਰਜਿਸਟਰ ਕਰਾਈਆਂ ਗਈਆਂ ਹਿੰਦੁਸਤਾਨ ਦੇ ਵਿੱਚ ਟੈਕਸ ਚੋਰ ਜਿਹੜੇ ਆ ਬਲੈਕ ਮਨੀ ਵਾਲੇ ਉਹ ਕਿਹੜਾ ਕੰਮ ਨਹੀਂ ਕਰਦੇ ਆਪਣਾ ਨੌਕਰਾਂ ਦੇ ਉੱਤੇ ਆਪਣੇ ਡਰਾਈਵਰਾਂ ਦੇ ਉੱਤੇ ਉਹਨਾਂ ਦੇ ਨਾਂ ਤੇ ਕੰਪਨੀਆਂ ਰਜਿਸਟਰ ਕਰਾਉਂਦੇ ਆ ਉਸੇ ਤਰ੍ਹਾਂ ਹੀ ਉਹਨਾਂ ਨੇ ਸਿਆਸੀ ਪਾਰਟੀਆਂ ਰਜਿਸਟਰ ਕਰਾਈਆਂ ਨੇ ਤੇ ਇਨ੍ਹਾਂ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਦੇ ਬਹਾਨੇ ਅਸਲ ਵਿੱਚ ਉਹ ਆਪਣੇ ਬਲੈਕ ਮਨੀ ਲਗਾਉਣ ਦੇ ਚੱਕਰ 'ਚ ਹੁੰਦੇ ਆ ਹੁਣ ਚੋਣ ਕਮਿਸ਼ਨ ਨੇ ਥੋੜੀ ਜਿਹੀ ਸਖਤੀ ਕੀਤੀ ਮੈਂ ਕਹਿੰਦਾ ਜਿੰਨੇ ਕੀਤੀ ਇਹਦੇ ਤੋਂ ਵੱਧ ਹੋਣੀ ਚਾਹੀਦੀ ਆ ਇਹੋ ਜਿਹੇ ਚੋਰ ਜਿਹੜੇ ਬਲੈਕ ਮਨੀ ਉਹਨਾਂ ਦੇ ਰਾਹੀਂ ਖਪਾਉਂਦੇ ਆ ਉਹਨਾਂ ਦਾ ਵੀ ਪਤਾ ਕਰਕੇ ਸਿਕੰਜਾ ਉਹਨਾਂ ਦਾ ਵੀ ਕਸਣਾ ਚਾਹੀਦਾ ਜਿਹੜੇ ਪਾਸੇ ਬੈਠ ਕੇ ਮੋਹਰਿਆਂ ਦੇ ਰਾਹੀਂ ਇਹੋ ਜੀਆਂ ਪਾਰਟੀਆਂ ਕਾਗਜ਼ਾਂ 'ਚ ਚਲਾ ਕੇ ਤੇ ਬਲੈਕ ਮਨੀ ਲਗਾਉਂਦੇ ਪਏ ਪਰ ਸਰ ਬਾਡਰੋ ਪਾਰ ਦੀ ਗੱਲ ਕਰਦੇ ਆ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਕਿਹਾ ਕਿ ਮਸੂਦ ਅਜਰ ਨੂੰ ਗ੍ਰਿਫਤਾਰ ਕੀਤਾ ਜਾਵੇ ਅਤਵਾਦੀ ਗਤੀਵਿਧੀਆਂ ਵਿੱਚ ਬਹੁਤ ਵੱਡਾ ਹੱਥ ਰਿਹਾ ਹੈ FATF ਦੀ ਲਿਸਟ ਦੇ ਵਿੱਚ ਪਾਕਿਸਤਾਨ ਨੂੰ ਸ਼ਾਮਲ ਕੀਤਾ ਹੈ ਇਹ ਉਸ ਤੋਂ ਬਾਅਦ ਦਬਾਅ ਚ ਆ ਕੇ ਕਾਰਵਾਈ ਕੀਤੀ ਹੈ ਜਾਂ ਕੋਈ ਹੋਰ ਕਾਰਨ ਲੱਗਦਾ ਹੈ। ਨਿਹਾਲ ਦੀ ਘੜੀ ਤੇ ਉਹਦਾ ਦਬਾਅ ਵੀ ਹੋ ਸਕਦਾ ਪਰ ਉਦਾਂ ਕੁਝ ਹੋਰ ਗੱਲਾਂ ਵੀ ਵਿੱਚੇ ਵਿੱਚ ਨਿਕਲਦੀਆਂ ਪਈਆਂ। ਜੀ। ਮਸੂਦ ਅਜੇ ਅਜੇ 18-19 ਸਾਲਾਂ ਦਾ ਸੀ ਜਦੋਂ ਟੈਰਰਿਸਟ ਬਣ ਗਿਆ ਫਿਰ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੇ ਵਿੱਚ ਜਾ ਕੇ ਇੰਗਲੈਂਡ ਤੱਕ ਵੀ ਜਾ ਕੇ ਕਈਆਂ ਥਾਵਾਂ ਤੇ ਘੁੰਮਿਆ। ਉਹਨਾਂ ਦਿਨਾਂ ਦੇ ਵਿੱਚ ਘੁੰਮਦਿਆਂ ਕਮਾਉਂਦਿਆਂ ਫਿਰ ਇੱਥੇ ਆ ਗਿਆ। ਜੰਮੂ ਕਸ਼ਮੀਰ ਦੇ ਵਿੱਚ ਅਨੰਤਨਾਗ ਦੇ ਲਾਗੇ ਇਹ ਭਾਰਤੀ ਸਿਕਿਉਰਿਟੀ ਫੋਰਸਿਜ਼ ਨੇ ਫੜ ਲਿਆ ਸੀ ਫਿਰ ਕੁਝ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਉਥੋਂ ਕੁਝ ਟੂਰਿਸਟ ਵੀ ਉਹਨਾਂ ਨੇ ਅਗਵਾ ਕਰ ਲਏ ਜਿਨ੍ਹਾਂ ਚੋਂ ਇੱਕ ਕਿਸੇ ਤਰੀਕੇ ਭੱਜ ਆਇਆ ਤੇ ਬਾਕੀਆਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਇਹਨਾਂ ਰੱਖੇ ਕੇ ਮਾਰ ਦਿੱਤੇ ਇਹ ਸਾਰੇ ਜਿਹੜੇ ਕੰਮ ਸਨ ਇਹ ਹੁੰਦਿਆ ਹੁੰਦਿਆਂ ਤੋਂ ਇੱਕ ਦਿਨ ਅਚਾਨਕ ਭਾਰਤ ਦਾ 에어 ਇੰਡੀਆ ਦਾ ਇੱਕ ਹਵਾਈ ਜਹਾਜ਼ ਅਗਵਾ ਕਰ ਲਿਆ ਗਿਆ ਉਦੋਂ ਬਾਜਪਾਈ ਸਰਕਾਰ ਹੁੰਦੀ ਸੀ ਉਸ ਜਹਾਜ਼ ਨੂੰ ਇੱਥੋਂ ਲੈ ਕੇ ਲਾਹੌਰ ਉਤਾਰ ਕੇ ਲਾਹੌਰ ਤੋਂ ਤੇਲ ਲੈ ਕੇ ਫਿਰ ਕੰਧਾਰ ਜਾ ਉਤਾਰਿਆ ਬਥੇਰਾ ਡਰਾਮਾ ਹੋਇਆ ਸੀ ਕੰਧਾਰ ਕਾਬਲ ਤੋਂ ਬਾਅਦ ਦੂਸਰਾ ਵੱਡਾ ਸਟੇਸ਼ਨ ਗਿਣਿਆ ਜਾਂਦਾ ਅਫਗਾਨਿਸਤਾਨ ਦਾ ਉੱਥੇ ਕਈ ਦਿਨ ਲਗਾਤਾਰ ਸੌਦੇਬਾਜ਼ੀ ਹੁੰਦੀ ਰਹੀ ਮਸਾਫਰ ਜਹਾਜ਼ ਦੇ ਵਿੱਚ ਸੀਟਾਂ ਤੇ ਸਾਰਾ ਸਾਰਾ ਦੇ ਬੈਠੇ ਰਹਿੰਦੇ ਸਨ ਉਤਰ ਨਹੀਂ ਸੀ ਸਕਦੇ ਇੱਕ ਮਸਾਫਰ ਨੇ ਬੋਲਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਬਾਹਰ ਸੱਦ ਕੇ ਗੋਲੀ ਮਾਰ ਦਿੱਤੀ ਗਈ ਤੇ ਬਾਕੀਆਂ ਨੂੰ ਦੱਸਿਆ ਹੀ ਨਹੀਂ ਕਿ ਉਹਨੂੰ ਗੋਲੀ ਮਾਰਤੀ ਆ ਉਹਦੇ ਸੱਜਵੇਂ ਆਈ ਪਤਨੀ ਜਿਹੜੀ ਸੀ ਉਹ ਜਹਾਜ਼ ਦੇ ਵਿੱਚ ਵਿਚਾਰੇ ਡੇਕ ਦੇ ਰੇ ਭੀ ਆਜੂਗਾ ਇੰਨੇ ਦਿਨ ਸੌਦੇਬਾਜ਼ੀ ਚੱਲਦੀ ਰਹੀ ਕਿਉਂਕਿ ਉਹਨਾਂ ਦੇ ਪਿੱਠ ਤੇ ਪਾਕਿਸਤਾਨ ਸੀ ਇਸ ਕਰਕੇ ਜਹਾਜ਼ 'ਚ ਬੈਠੇ ਮਸਾਫਰਾਂ ਵਾਸਤੇ ਖਾਣਾ ਰੋਜ਼ ਦਾ ਰੋਜ਼ ਪਾਕਿਸਤਾਨ 'ਚੋਂ ਆਉਂਦਾ ਸੀ ਜਦੋਂ ਉਹ ਬੰਦੇ ਛੱਡੇ ਗਏ ਤੇ ਅਫਗਾਨਿਸਤਾਨ ਦੀ ਸਰਕਾਰ ਨੇ ਡਰਾਮਾ ਕੀਤਾ ਕਿ ਇਹਨਾਂ ਨੇ ਸਾਡਾ ਇੱਕ ਬੰਦਾ ਅਗਵਾ ਕਰ ਲਿਆ ਅਫਗਾਨਿਸਤਾਨ ਦਾ ਤੇ ਉਹਦੀ ਛਤਰ ਛਾਇਆ ਹੇਠ ਇਹ ਸਾਰੇ ਪਾਕਿਸਤਾਨ ਦਾ ਵੱਡ ਟੱਪਿਆ ਪਾਕਿਸਤਾਨ ਦੇ ਵਿੱਚ ਇਹ ਮਸੂਦ ਅਜ਼ਰ ਉਦੋਂ ਜਿਹੜੇ ਤਿੰਨ ਬੰਦੇ ਉਹਨਾਂ ਨੇ ਪਾਕਿਸਤਾਨ ਭਾਰਤ ਤੋਂ ਛਡਾਇੇ ਸਨ ਜਹਾਜ਼ ਦੇ ਮੁਸਾਫਿਰਾਂ ਨੂੰ ਛਡਣ ਦੇ ਬਦਲੇ ਉਹਨਾਂ ਤਿੰਨਾਂ ਚੋਂ ਪਹਿਲਾ ਨਾਮ ਦਾ ਮਸੂਦ ਦਾ ਸੀ ਇਹ ਮਸੂਦ ਬਾਅਦ ਵਿੱਚ ਪਾਕਿਸਤਾਨ ਦੇ ਕੋਇਟਾ ਚ ਵੇਖਿਆ ਗਿਆ ਕਰਾਚੀ ਚ ਰੈਲੀਆਂ ਕਰਦਾ ਰਿਹਾ ਪਾਕਿਸਤਾਨ ਦੀ ਸਰਕਾਰ ਖੁਸ਼ ਸੀ ਕਿ ਭਾਰਤ ਨੂੰ ਤੰਗ ਕਰਦਾ UN ਸਿਕਿਉਰਿਟੀ ਕੌਂਸਲ ਨੇ ਇਹਨੂੰ ਇੰਟਰਨੈਸ਼ਨਲ ਟੈਰਰਿਸਟ ਆਖਿਆ ਪਾਕਿਸਤਾਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਪਿਛਲੇ ਕੁਝ ਸਮੇਂ ਤੋਂ ਕਹਿੰਦੇ ਆ ਕਿ ਪਾਕਿਸਤਾਨ ਨਾਲ ਨਾਰਾਜ਼ ਹੈ ਤੇ ਪਾਕਿਸਤਾਨ ਦੀਆਂ ਵਿਰੋਧੀ ਫੋਰਸਾਂ ਦੇ ਨਾਲ ਇਹ ਮਿਲਿਆ ਫਿਰਦਾ ਇੱਕ ਤਾਂ FATF ਜਿਹੜੀ ਆ ਉਹਨੇ ਇਹਨਾਂ ਦੇ ਸਾਰੇ ਫੰਡ ਛੰਡ ਬੰਦ ਕਰਵਾਏ ਆ 56 ਕੱਸਿਆ ਉਹਦਾ ਦਬਾ ਦੂਸਰਾ ਕਿਉਂਕਿ ਅੱਜਕੱਲ ਪਾਕਿਸਤਾਨ ਦੇ ਖਿਲਾਫ ਵੀ ਉਹ ਕਾਰਵਾਈਆਂ ਕਰਨ ਲੱਗ ਪਿਆ ਤੇ ਹੁਣ ਉਹ ਅਫਗਾਨਿਸਤਾਨ ਚ ਚਲਾ ਗਿਆ ਤਾਲਿਬਾਨ ਦੇ ਕੋਲ ਇਸ ਕਰਕੇ ਪਾਕਿਸਤਾਨ ਨੇ ਤਾਲਿਬਾਨ ਨੂੰ ਆਖਿਆ ਜੀ ਬੰਦਾ ਸਾਨੂੰ ਦਿਓ ਪਰ ਜੇ ਦੇਣਾ ਹੈ ਭਾਰਤ ਨੂੰ ਦਿਓ ਜਿਨ੍ਹਾਂ ਦੇ ਕੋਲ ਤੁਸੀਂ ਜਹਾਜ ਅਗਵਾ ਕਰਕੇ ਛਡਵਾਇਆ ਸੀ ਤੁਹਾਨੂੰ ਦੇਣ ਦਾ ਕਿ ਮਤਲਬ ਤੁਹਾਡੇ ਕੋਲ ਤੇ ਆਇਆ ਮਾਈ ਬਾਪ ਦੇ ਘਰਿਆ ਇੱਥੇ ਉਹਨੂੰ ਕੀ ਹੋਣਾ ਪਰ ਇਹ ਇੱਕ ਚਾਲ ਚੱਲ ਰਿਹਾ ਪਾਕਿਸਤਾਨ ਜਿਹਦੇ ਵਿੱਚ ਜੁਆਨੋ ਨੂੰ ਭਾਰਤ ਨੂੰ ਤੇ ਬਾਕੀ ਸਾਰੇ ਦੇਸ਼ਾਂ ਨੂੰ ਬਿਲਕੁਲ ਫਸਾ ਨਾ ਨਹੀਂ ਚਾਹੀਦਾ ਉਸ ਅਤਵਾਦੀ ਨੂੰ ਬਚਾਉਣ ਦੀ ਇੱਕ ਚਾਲ ਵੀ ਹੋ ਸਕਦੀ ਪਰ ਸਰ ਇੱਕ ਵੱਖਰੀ ਖਬਰ ਹੈ ਹਰਿਆਣੇ ਤੋਂ ਕੁਝ ਦਿਨ ਪਹਿਲਾਂ ਹਰਿਆਣੇ ਤੋਂ ਇੱਕ ਫੁੱਫੜ ਚਰਚਾ ਵਿੱਚ ਆਏ ਸੀ ਹੁਣ ਹੋਇਆ ਕੀ ਸੀਗਾ ਉਹ ਬੰਦਾ ਕਹਿੰਦਾ ਮੈਂ ਜੁਨਾ ਤੇ ਪ੍ਰਸ਼ਾਸਨ ਨੇ ਮਰਿਆ ਕਰਾਰ ਦੇ ਦਿੱਤਾ ਤੇ ਹੁਣ ਮੁਰਦਿਆਂ ਦਾ ਦਰਬਾਰ ਲਗਾਇਆ ਇਹ ਤੁਹਾਨੂੰ ਸਭ ਕੀ ਕਹਾਣੀ ਆ ਪੂਰੀ ਦੇਖੋ ਉਹਦੇ ਪੈਨਸ਼ਨ ਕੱਟੇ ਗਏ ਬੈਂਕ ਚ ਗਿਆ ਉਹਨਾਂ ਆਖਿਆ ਬਾਪੂ ਤੂੰ ਮਰ ਗਿਆ ਕਹਿੰਦਾ ਤੁਹਾਡੇ ਸਾਹਮਣੇ ਭੂਤ ਖੜਾ ਮੈਂ ਜਿਉਣਾ ਜੀ ਕਹਿੰਦਾ ਸਾਡੇ ਕਾਗਜ਼ਾਂ ਤੇ ਤੂੰ ਮਰ ਗਿਆ ਅਸੀਂ ਵੀ ਕਰੀਏ ਤੂੰ ਜਾ ਕੇ ਸੋਸ਼ਲ ਸਿਕਿਉਰਿਟੀ ਮਹਿਕਮੇ ਨਾਲ ਕਰ ਉਹ ਸਮਾਜ ਭਲਾਈ ਵਿਭਾਗ ਕੋਲ ਗਿਆ ਉਹਨਾਂ ਆਖਿਆ ਤੂੰ ਮਰ ਗਿਆ ਉਹ ਵੱਡੇ ਅਫਸਰਾਂ ਕੋਲ ਗਿਆ ਕੋਈ ਗੱਲ ਨਹੀਂ ਸੀ ਸੁਣਦਾ ਉਹਨੇ ਆਮ ਆਦਮੀ ਪਾਰਟੀ ਦੇ ਲੀਡਰ ਨਵੀਨ ਜੈਨਦਰ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਕੋਈ ਅਸਰ ਨਹੀਂ ਹੋਇਆ ਫਿਰ ਨੂੰ ਪਤਾ ਲੱਗਾ ਕਿ ਸਾਬਕਾ ਮੰਤਰੀ ਤੇ ਹਲਕਾ ਇਨਜਾਰਜ ਜਜ ਵੈ ਅਰੈਸਟ ਹੋ ਉਸ ਵਿੱਚ ਆ ਰਿਹਾ ਉਹਨੇ ਲਾੜੇ ਵਾਲਾ ਜਿਹੜਾ ਰੱਤ ਸੀ ਘੋੜਿਆਂ ਵਾਲਾ ਉਹ ਸਵਾਰਿਆ ਨਾਲ ਬਰਾਤ ਲਈ ਬੈਂਡਵਾਜੇ ਵਜਾਉਂਦਾ ਤੁਰ ਪਿਆ ਅਰੈਸਟ ਹੋ ਉਸ ਜਾ ਵੜਿਆ ਅੱਗੇ ਲਿਖਿਆ ਸੀ ਤੁਹਾਡਾ ਫੁੱਫੜ ਜਿਉਂਦਾ ਜੀ 110 2 ਸਾਲ ਦੀ ਉਮਰ ਸੀ ਸਾਰੀ ਦੁਨੀਆ ਚ ਰੌਲਾ ਪਿਆ ਗਿਆ ਹਰਿਆਣਾ ਸਰਕਾਰ ਦੀ ਪੰਢੀ ਹੋਈ ਚਵੀਆਂ ਘੰਟਿਆਂ ਦੇ ਅੰਦਰ ਅੰਦਰ ਉਹ ਜਿਹੜਾ ਸੀ ਉਹਦੀ ਪੈਨਸ਼ਨ ਬਹਾਲ ਕੀਤੀ ਗਈ ਉਹਦੇ ਤੋਂ ਬਾਅਦ ਉਹ ਲੀਡਰ ਬਣ ਗਿਆ ਮੁਰਦਿਆਂ ਦਾ ਉੱਥੇ ਹੁਣ ਤੱਕ 32 ਬੰਦੇ ਇਹੋ ਜਿਹੇ ਲੱਭੇ ਆ ਜਿਨ੍ਹਾਂ ਚ ਕੁਝ ਬੀਬੀਆਂ ਨੇ ਐ ਵੱਡੀ ਉਮਰ ਦੀਆਂ ਇੱਕ ਕੋਈ 85 86 ਸਾਲ ਦੀ ਉਮਰ ਦੀ ਬੀਬੀ ਐ ਐ ਇੱਕ ਦੋ ਜਾਂ ਤਿੰਨ ਵਿਧਵਾ ਨੇ ਉਹਨਾਂ ਦੇ ਪਤੀ ਮਰ ਗਏ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰਤੀਆਂ ਲਿਖ ਕੇ ਵੀ ਇਹ ਮਰ ਗੀਆਂ ਨੇ ਐ ਇੱਕ ਕੋਈ ਅੰਗਹੀਣ ਮੁੰਡਾ ਦਿਵਿਆਂਗ ਜਿਹਨੂੰ ਅੱਜਕੱਲ ਅਸੀਂ ਕਹਿੰਦੇ ਆ ਉਹ ਐ ਇਦਾਂ ਦੇ ਸਾਰੇ ਆ ਇਹ ਸਾਰਿਆਂ ਨੂੰ ਮਰ ਗਏ ਇਕਰਾਰ ਦਿੱਤਾ ਅੱਗੇ ਯੂਪੀ ਚ ਹੁੰਦਾ ਸੀ ਅਖਲ ਯੂਪੀ ਮਿਰਤਕ ਸੰਗ ਉਹਨਾਂ ਦੇ ਲੀਡਰ ਲਾਲ ਬਿਹਾਰੀ ਤਵਾਰੀ ਨੇ ਅਟਲ ਬਿਹਾਰੀ ਵਾਜਪਾਈ ਦੇ ਮੁਕਾਬਲੇ ਚੋਣ ਦੇ ਕਾਗਜ਼ ਭਰੇ ਸੀ ਇਹ ਦੱਸਣ ਵਾਸਤੇ ਕਿ ਵੋਟ ਮੇਰੀ ਹੈ ਨਹੀਂ ਚੋਣ ਤਾਂ ਮੈਂ ਲੜ ਨਹੀਂ ਸਕਦਾ ਪਰ ਇਸੇ ਬਹਾਨੇ ਉਹਨੇ ਆਪਣੀ ਪਾਰਟੀ ਦਾ ਨਾਂ ਅਖਲ ਯੂਪੀ ਮਿਰਤਕ ਸੰਗ ਭਰ ਕੇ ਸਾਰੀ ਦੁਨੀਆ 'ਚ ਤਹਿਲਕਾ ਮਚਾ ਦਿੱਤਾ ਸੀ ਕਿ ਯੂਪੀ ਦੇ ਵਿੱਚ ਇੰਨੇ ਮੁਰਦੇ ਆ ਕਿ ਮੁਰਦਿਆਂ ਨੇ ਆਪਣੀ ਯੂਨੀਅਨ ਬਣਾਈ ਆ ਦੁਨੀ ਅਦਾਲਤ 'ਚ ਕੇਸ ਕੀਤਾ ਤੇ ਉਹਨੂੰ ਆਵਾਜ਼ ਪੈਂਦੀ ਹੁੰਦੀ ਸੀ ਮਰਤਕ ਲਾਲ ਬਿਹਾਰੀ ਹਾਜ਼ਰ ਹੋ ਉਹਦੇ ਉਸ ਕੇਸ ਤੋਂ ਬਾਅਦ ਬਾਕੀ ਸੂਬਿਆਂ ਵਿੱਚ ਵੀ ਪਤਾ ਲੱਗਾ ਸੀ ਕਈ ਲੋਕ ਮਾਰੇ ਗਏ ਆ ਪਰ ਜਿਹੜੀ ਭਾਰਤੀ ਜਨਤਾ ਪਾਰਟੀ ਕਹਿੰਦੀ ਸਾਡਾ ਰਾਜ ਅਸਲੀ ਸੁਸ਼ਾਸਨ ਆ ਉਹਦੇ ਰਾਜ 'ਚ ਹਰਿਆਣੇ 'ਚ ਮੁਰਦਿਆਂ ਦੀ ਯੂਨੀਅਨ ਬਣੀ ਆ ਤੇ ਕੱਲ ਮੁਰਦਿਆਂ ਦਾ ਦਰਬਾਰ ਲੱਗਾ ਤੇ ਉਸ ਦਰਬਾਰ ਦੀ ਪ੍ਰਧਾਨਗੀ ਉਹਨੇ ਕੀਤੀ ਆ ਜਿਹਨੇ ਜਾ ਕੇ ਸਾਬਕਾ ਮੰਤਰੀ ਦੇ ਸਾਹਮਣੇ ਖਲੋ ਕੇ ਆਖਿਆ ਸੀ ਤੁਹਾਡਾ ਫੋਫੜ ਜਿਉਂਦਾ ਉਹ ਜਿਹੜਾ ਮੁਰਦੇ ਤੋਂ ਜਿਉਂਦਾ ਫੋਫੜਿਆ ਉਹ ਹੁਣ ਹਰਿਆਣੇ ਦੇ ਮੁਰਦਿਆਂ ਦੀ ਯੂਨੀਅਨ ਦਾ ਪ੍ਰਧਾਨ ਬਣ ਗਿਆ। ਤਾਂ ਸਾਬ ਵਾਕਈ ਇਹ ਖਬਰ ਤਾਂ ਵੱਖਰੀ ਹੈ ਕਿਉਂਕਿ ਸੋਚ ਵਿਚਾਰ ਜਦੋਂ ਕਰਦੇ ਆਂ ਤੇ ਯਕੀਨ ਹੁੰਦਾ ਕਿ ਡਿਜੀਟਲ ਭਾਰਤ ਦੀ ਗੱਲ ਕਰਦੇ ਆਂ ਜਾਂ ਫਿਰ ਮੁਰਦਿਆਂ ਦੇ ਜਿਉਂਦਿਆਂ ਦੀ ਗੱਲ ਕਰਦੇ ਬਾਕੀ ਰੋਜ਼ ਤਰ੍ਹਾਂ ਤੁਸੀਂ ਚਰਚਾ ਕੀਤੀ ਪੰਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਤ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ